ਅਸੀਂ ਰਾਮਪੁਰਾ ਫੂਲ ਜਿਹੜੀ ਸਿਟੀ ਆ ਉੱਥੇ ਅਸੀਂ ਮਤਲਬ ਪੁਲਿਸ ਕੰਟਰੋਲ ਰੂਮ ਮੋਬਾਈਲ ਸਕੀਮ ਸੇ ਮੋਬਾਈਲ ਮੋਟਰਸਾਈਕਲ ਅਸੀਂ ਲਾਂਚ ਕਰ ਰਹੇ ਹਾਂ। ਇਸ ਰਾਮਪੁਰਾ ਫੂਲ ਜਿਹੜਾ ਸ਼ਹਿਰ ਆ ਇਹਨੂੰ ਅਸੀਂ 6 ਬੀਟਾਂ 'ਚ ਵੰਡਿਆ। ਇਹਦੇ ਵਿੱਚ ਸਾਡੇ 6 PCR ਦੇ ਮੋਟਰਸਾਈਕਲ ਜਿਹਦੇ ਉੱਤੇ 2-2 ਜਵਾਨ ਤੈਨਾਤ ਕੀਤੇ ਗਏ ਔਰ ਉਹਨਾਂ ਨੂੰ ਅਸੀਂ ਕਮਿਊਨੀਕੇਸ਼ਨ ਵਾਸਤੇ ਵਾਇਰਲੈਸ ਸੈੱਟਸ ਦਿੱਤੇ ਗਏ ਜਿਨ੍ਹਾਂ ਨੂੰ ਕਿ ਸੈਪਰੇਟ ਕਾਲ ਸਾਈਨਸ ਨੇ ਇਹਨਾਂ ਕੋਲ, ਤਾਂ ਕਿ ਉਹਨਾਂ ਦਾ ਬੈਟਰ ਕਮਿਊਨੀਕੇਸ਼ਨ ਜਿਹੜਾ ਹੈਗਾ ਵਾ ਲੋਕਲ ਪੁਲਿਸ ਸਟੇਸ਼ਨ ਦੇ ਨਾਲ ਅਤੇ ਡਿਸਟ੍ਰਿਕਟ ਕੰਟਰੋਲ ਰੂਮ ਦੇ ਨਾਲ ਬੈਟਰ ਕਮਿਊਨੀਕੇਸ਼ਨ ਹੋਵੇ, ਕਿਉਂਕਿ ਕਿਸੇ ਵੀ ਐਮਰਜੈਂਸੀ ਦੇ ਵਿੱਚ ਉਹ ਤੁਰੰਤ ਰਿਸਪੋਂਸ ਕਰ ਸਕਣ ਅਤੇ ਜਿੱਥੇ ਵੀ ਕੋਈ ਵਾਰਦਾਤ ਹੋ ਜਾਂਦੀ ਆ ਜਾਂ ਕਿਤੇ ਕੋਈ ਵੀ ਸ਼ਰਾਰਤੀ ਅਨਸਰ ਜਾਂ ਕੋਈ ਵੀ ਇਹੋ ਜਿਹੀ ਥਾਂ ਜਿੱਥੇ ਪੁਲਿਸ ਦਾ ਪਹੁੰਚਣਾ ਜਿਹੜਾ ਹੈ ਉਹ ਲਾਜ਼ਮੀ ਆ, ਤਾਂ ਕਿ ਉੱਥੇ ਅਸੀਂ ਜਲਦ ਤੋਂ ਜਲਦ ਜਿਹੜੀ ਹੈ ਪੁਲਿਸ ਹੈਲਪ ਜਾਂ ਪੁਲਿਸ ਪ੍ਰੋਸੈਸ ਦਿੱਤੀ ਜਾ ਸਕੇ। ਇਹ ਮੋਟਰਸਾਈਕਲ ਜਿਹੜੇ ਆ ਪੈਟਰੋਲਸ ਜਿਹੜੀਆਂ ਹੈਗੀਆਂ ਵਾ ਉਸ ਚੀਜ਼ ਨੂੰ ਕਵਰ ਕਰਨਗੇ। ਇਸ ਤੋਂ ਇਲਾਵਾ ਅਸੀਂ ਹਾਈਵੇ ਦੇ ਉੱਤੇ ਜਿਹੜੇ ਹੈ ਉਹ 2 ਗੱਡੀਆਂ ਜਿਹੜੀਆਂ ਬਲੈਰੋ ਨੇ ਸਾਡੀਆਂ ਹਾਈਵੇ ਮੋਬਾਈਲਸ ਦੇ ਨਾਂ 'ਤੇ, ਜਿਨ੍ਹਾਂ ਦੇ ਵਿੱਚ 3-3 ਅਸੀਂ ਮੁਲਾਜ਼ਮ ਜਿਹੜੇ ਆ ਉਹ ਲਾਏ ਗਏ ਆ। 3 ਵੇਲੇ ਉਹਦੇ ਵਿੱਚ ਇੱਕ ਲੇਡੀ ਕਾਂਸਟੇਬਲ ਵੀ ਹੋਊਗੀ, ਤਾਂ ਕਿ ਕਿਸੇ ਵੀ ਥਾਂ 'ਤੇ ਇਨ ਕੇਸ ਆਫ ਐਕਸੀਡੈਂਟ ਜਿੱਥੇ ਕੋਈ ਪਰਿਵਾਰ ਜਾਂ ਕੋਈ ਲੇਡੀਜ਼ ਵੀ ਹੁੰਦੀਆਂ ਨੇ ਉੱਥੇ ਪਹੁੰਚ ਕੇ ਤੁਰੰਤ ਉਹਨਾਂ ਨੂੰ ਮਦਦ ਦਿੱਤੀ ਜਾ ਸਕੇ। ਇਨ ਕੇਸ ਕੋਈ ਹਾਈਵੇ ਦੇ ਉੱਤੇ ਕੋਈ ਥੈਫਟ, ਕੋਈ ਐਕਸੀਡੈਂਟ ਜਾਂ ਕੋਈ ਹੋਰ ਵਾਰਦਾਤ ਹੋ ਜਾਂਦੀ ਆ, ਇਹ ਗੱਡੀ ਜਿਹੜੀਆਂ 2 ਗੱਡੀਆਂ ਹੈਗੀਆਂ ਇਹ ਬਠਿੰਡੇ ਤੋਂ ਲੈ ਕੇ ਤਿਲ ਸੰਗਰੂਰ ਵਾਲੀ ਸਾਈਡ ਤੋਂ ਜਿਹੜਾ ਸਾਡਾ ਬਠਿੰਡੇ ਦੀ ਬਾਉਂਡਰੀ ਦੀ ਹੱਦ ਆ ਉੱਥੋਂ ਤੱਕ ਅੱਧ ਤੱਕ ਇਹ 2 ਗੱਡੀਆਂ ਕਵਰ ਕਰਦੀਆਂ। ਇਸ ਤੋਂ ਇਲਾਵਾ ਇਹਨਾਂ ਦਾ ਰੈੱਡ ਅਲਰਟ ਹੁੰਦਾ ਰਹੂਗਾ। ਰੈੱਡ ਅਲਰਟ ਦੇ ਵਿੱਚ ਜਿਵੇਂ 6 ਮੋਟਰਸਾਈਕਲ ਆ ਇਹਨਾਂ 'ਚੋਂ 2-2 ਮੋਟਰਸਾਈਕਲ ਆਪਣੀ ਆਪਣੀ ਹੱਦਬੰਦੀ 'ਤੇ ਇਹਨਾਂ ਨੂੰ 3-3 ਪੁਆਇੰਟ ਦਿੱਤੇ ਗਏ ਵੱਖੋ ਵੱਖਰੇ, ਜਿਹੜੇ ਕਿ ਹਫ਼ਤੇ ਦੇ ਹਫ਼ਤੇ ਅਸੀਂ ਚੇਂਜ ਕਰਦੇ ਰਹਾਂਗੇ ਇਹਨਾਂ ਪੁਆਇੰਟਾਂ ਨੂੰ, ਤਾਂ ਕਿ ਸਰਪ੍ਰਾਈਜ਼ ਚੈਕਿੰਗ ਜਿਹੜੀ ਹੁੰਦੀ ਰਹੇ। ਸੋ ਇਹ 2 ਮੋਟਰਸਾਈਕਲ ਮੀਨਸ 4 ਮੁਲਾਜ਼ਮ ਜਿਹੜੇ ਹੈਗੇ ਇੱਕ ਪੁਆਇੰਟ 'ਤੇ ਆ ਕੇ ਉਸੇ ਵੇਲੇ ਚੈਕਿੰਗ ਸ਼ੁਰੂ ਕਰ ਦੇਣਗੇ, ਤਾਂ ਕਿ ਜਿਹੜੇ ਵੀ ਮਾੜੇ ਅਨਸਰ ਆ ਔਰ ਕੋਈ ਵੀ ਇਹੋ ਜਿਹੀ ਜਿਹੜੀ ਕੋਈ ਵਾਰਦਾਤ ਆ ਜਾਂ ਕੋਈ ਮਾੜੇ ਅਨਸਰ ਆ ਉਹਨਾਂ ਨੂੰ ਘੇਰਿਆ ਜਾ ਸਕੇ ਅਤੇ ਫੜਿਆ ਜਾ ਸਕੇ। ਸੋ ਇਸ ਤੋਂ ਇਲਾਵਾ ਇਹਨਾਂ ਗੱਡੀਆਂ ਦੇ ਵਿੱਚ PCR ਅਤੇ ਇਹਨਾਂ ਗੱਡੀਆਂ ਦੇ ਵਿੱਚ ਬੀਟ ਬੁੱਕਸ ਦਿੱਤੀਆਂ ਗਈਆਂ ਜਿਹਦੇ ਵਿੱਚ ਸਾਰੇ ਉਸ ਬੀਟ 'ਤੇ ਜਿੰਨੇ ਵੀ ਹੋਸਪਿਟਲ ਪੈਂਦੇ ਆ, ਕੋਈ ਵੀ ਮਿਊਂਸੀਪਲ ਕੌਂਸਲਰ ਹੋ ਗਏ, ਕੋਈ ਵੀ ਥਰੈਟਨਡ ਪਰਸਨ ਆ ਜਿਨ੍ਹਾਂ ਨੂੰ ਗਨਮੈਨ ਦਿੱਤੇ ਆ, ਕੋਈ ਵੀ MLA, ਐਕਸ MLA, ਐਕਸ ਮਿਨਿਸਟਰ, ਕੋਈ ਵੀ ਜਿਹੜਾ ਪੋਲੀਟੀਕਲ ਡਿਗਨੇਟਰੀ ਹੈਗਾ ਸਾਬਕਾ ਜਾਂ ਮੌਜੂਦਾ ਜਿਹਦੀ ਵੀ ਉੱਥੇ ਰਿਹਾਇਸ਼ ਪੈਂਦੀ ਹੈ, ਹੋਰ ਵੀ ਜਿੰਨੇ ਵੀ ਕੋਈ ਵਰਨਲੇਬਲ ਚੀਜ਼ਾਂ ਹੁੰਦੀਆਂ, ਕੋਈ ਗ੍ਰਿਡ ਸਟੇਸ਼ਨ ਹੈਗਾ, ਕੋਈ ਵੀ ਹੋਰ ਇਹੋ ਜਿਹੀ ਜਿਵੇਂ ਦਾਣਾ ਮੰਡੀ ਹੋ ਗਈ। ਸੋ ਇਹ ਸਾਰਿਆਂ ਦਾ ਅੰਦਰਾਜ ਉਸ ਬੀਟ ਬੁੱਕ ਦੇ ਵਿੱਚ ਹੋਊਗਾ, ਨਾਲ ਉਸ ਬੀਟ ਦਾ ਕਲਰ ਨਕਸ਼ਾ ਅਤੇ ਉਹਨੂੰ ਲੈਮੀਨੇਟਡ ਨਕਸ਼ਾ ਵੀ ਇਹਨਾਂ ਦੇ ਕੋਲ, ਇਹਨਾਂ ਦੇ ਕੋਲ ਪੈਟਰੋਲਸ ਦੇ ਕੋਲ ਹੋਊਗਾ, ਤਾਂ ਕਿ ਜਦੋਂ ਵੀ ਕਿਤੇ ਕੋਈ ਮੁਲਾਜ਼ਮ ਚੇਂਜ ਹੋ ਜਾਂਦਾ ਤਾਂ ਜਿਹੜਾ ਵੀ ਨਵਾਂ ਆਵੇ ਉਹਨੂੰ ਉਸ ਬੀਟ ਬਾਰੇ ਤੁਰੰਤ ਜਿਹੜੀ ਆ ਜਾਣਕਾਰੀ ਜਿਹੜੀ ਆ ਉਹ ਹਾਸਲ ਹੋ ਸਕੇ ਔਰ ਉਸ ਬੀਟ ਬੁੱਕ ਦੇ ਵਿੱਚ ਜਿੰਨੀ ਇਨਫੋਰਮੇਸ਼ਨ ਦਰਜ ਆ ਉਹਨਾਂ ਨੂੰ ਰੋਜ਼ ਬਿਨਾਂ ਦੇ ਉੱਤੇ ਜਿਵੇਂ ਬੈਂਕਾਂ ਹੋ ਗਈਆਂ, ਮਨੀ ਐਕਸਚੇਂਜਰਸ ਹੋ ਗਏ, ਇਹਨਾਂ ਸਾਰਿਆਂ ਦਾ ਵੀ ਇੰਦਰਾਜ ਉਹਦੇ ਵਿੱਚ ਰਹੂਗਾ, ਤਾਂ ਕਿ ਦੇ ਹਰ ਰੋਜ਼ ਦਿਨ ਭਰ ਰਾਤ ਇਹਨਾਂ ਥਾਵਾਂ 'ਤੇ ਗੇੜਾ ਮਾਰ ਕੇ